ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਹਮਦਰਦੀ ਜਤਾਉਂਦੇ ਹੋਏ ਨਜ਼ਰ ਆ ਰਹੇ ਨੇ। ਦਰਅਸਲ ਅੱਜ ਸੁਖਪਾਲ ਸਿੰਘ ਖਹਿਰਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਵੱਲੋਂ ਬਹਿਬਲ ਗੋਲੀ ਕਾਂਡ ਦੇ ਲਈ ਜਿੱਥੇ ਬਾਦਲ ਪਰਿਵਾਰ ਨੂੰ ਘੇਰਿਆ ਗਿਆ, ਉੱਥੇ ਹੀ ਉਹ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੇ ਲਈ ਵੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦੇ ਹੋਏ ਨਜ਼ਰ ਆਏ। ਤੇ ਇਸੇ ਵਿਚਾਲੇ ਸੁਖਪਾਲ ਖਹਿਰਾ ਕਿਵੇਂ ਨਵਜੋਤ ਸਿੰਘ ਦੇ ਪੱਖ ਚ ਪੂਰਦੇ ਹੋਏ ਨਜ਼ਰ ਆਏ, ਤੁਸੀਂ ਵੀ ਸੁਣੋ। ਮੈਨੂੰ ਦੁੱਖ ਆ ਕਿ ਅਮਰਿੰਦਰ ਸਿੰਘ ਦੀ ਰਿਪੋਰਟ ਤਿਆਰ ਸੀ ਸਾਰੀ, ਇਹ ਸਾਰੀ ਐਸ ਆਈ ਟੀ ਦਾ ਚਲਾਨ ਤਿਆਰ ਸੀ, ਲੇਕਿਨ ਦੋਨਾਂ ਪਾਰਟੀਆਂ ਨੇ ਆਪਸ ਮਿਲ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਚੋਣ ਕਮਿਸ਼ਨ ਦੇ ਬਦਲਾਉਣ ਤੋਂ ਬਾਅਦ ਇਹ ਸਾਰਾ ਠੰਡੇ ਬਸਤੇ 'ਚ ਪਾ ਦਿੱਤਾ, ਕਿਉਂਕਿ ਅਮਰਿੰਦਰ ਵੀ ਨਹੀਂ ਚਾਹੁੰਦੇ ਸੀਗੇ ਕਿ ਬਾਦਲਾਂ ਦੇ ਖਿਲਾਫ ਇਲੈਕਸ਼ਨ ਦੇ ਦੌਰਾਨ ਇਹ ਇੰਪੋਰਟੈਂਟ ਬਰਨਿੰਗ ਤੱਥ ਸਾਹਮਣੇ ਆਉਣ। ਲੋਕਾਂ ਦੀ ਕਚਹਿਰੀ ਵਿੱਚ ਤੱਥ ਅਮਰਿੰਦਰ ਸਿੰਘ ਵੀ ਲੁਕਾਉਣਾ ਚਾਹੁੰਦੇ ਸੀ, ਤਾਂ ਇੱਕ ਵਾਰ ਫਿਰ ਸਾਬਤ ਹੁੰਦਾ ਨਵਜੋਤ ਸਿੰਘ ਸਿੱਧੂ ਦੇ ਇਲਜ਼ਾਮ ਕਿ ਬਾਦਲ ਅਤੇ ਕੈਪਟਨ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਵਿੱਚ ਰਾਜਨੀਤੀ ਕਰਦੇ ਨੇ। ਇਹ ਉਹਦੇ ਇਲਜ਼ਾਮ ਚਲਾਨ ਪੇਸ਼ ਵਾਲੀ ਸਿੱਟ ਦੀ ਰਿਪੋਰਟ ਤੋਂ ਵੀ ਇੱਕ ਵਾਰ ਦੁਬਾਰਾ ਫਿਰ ਇਹਨਾਂ ਗੱਲਾਂ ਦੀ ਪੁਸ਼ਟੀ ਹੁੰਦੀ। ਇਹ ਜਿਹੜਾ ਅੱਜ ਪੰਜਾਬ ਦਾ ਮਾਹੌਲ ਹੈ, ਇਹ ਜੰਗਲ ਦਾ ਰਾਜ ਦਾ ਸਬੂਤ ਦਿੰਦਾ ਵਾ, ਅਤੇ ਨਾਲ ਇਹਨਾਂ ਦੋਨਾਂ ਟੱਬਰਾਂ ਦੀ ਮੇਰੀ ਭੁਗਤ ਵੀ ਦੁਬਾਰਾ ਦੁਬਾਰਾ ਨਾ ਸਿਰਫ ਨਵਜੋਤ ਸਿੱਧੂ ਬਲਕਿ ਰਿਪੀਟਡਲੀ ਜਿਹੜੀ ਹੈਗੀ ਆ ਉਹ ਸਾਹਮਣੇ ਸਾਬਤ ਹੋ ਰਹੀ। ਪਰ ਅੰਤ ਵਿੱਚ ਮੈਂ ਫਿਰ ਕਹਿਣਾ ਚਾਹੁੰਦਾ ਕਿ ਇਸ ਬੇਅਦਬੀਆਂ ਅਤੇ ਬਹਿਬਲ ਖਿਲਾਫ ਪੁਲਿਸ ਫਾਇਰਿੰਗ 'ਤੇ ਤਿੰਨ ਦੋਸ਼ੀਆਂ ਦੇ ਖਿਲਾਫ ਬਣਦੀ ਪੁਖਤਾ ਕਾਰਵਾਈ ਹੋਣੀ ਚਾਹੀਦੀ ਆ, ਵਿੱਚੇ ਬਾਦਲ ਵੱਡਾ ਜਿਸ ਨੇ ਹੁਕਮ ਦਿੱਤੇ, ਅਤੇ ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਅਤੇ ਜਿਹੜਾ ਡੇਰੇ ਦਾ ਮੁਖੀ ਹੈਗਾ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ, ਅਤੇ ਅੱਜ ਸਿੱਧੂ ਨੇ ਵੀ ਇਸ 'ਤੇ ਚੁੱਪੀ ਤੋੜ ਦਿੱਤੀ ਹੈ, ਜਦਕਿ ਉੱਧਰ ਵਿਰੋਧੀ ਉਹਨਾਂ ਨੂੰ ਲਗਾਤਾਰ ਸਹੀ ਠਹਿਰਾਉਂਦੇ ਨਜ਼ਰ ਆ ਰਹੇ ਨੇ। ਜਲੰਧਰ ਤੋਂ ਮਨਦੀਪ ਸਿੰਘ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਸਾਰੀ ਸਾਰੀ ਰਾਤ